ਸਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੋਸਤ ਨਿਸ਼ਾਨ ਸੰਧੂ ਮੇਰੇ YouTube ਚੈਨਲ ਸੰਧੂ ਜੋਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ। ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਿਖਾਉਂਗਾ ਕਿ ਕਿਵੇਂ ਤੁਸੀਂ ਨਵੇਂ ਇਫੈਕਟਸ ਪਾ ਕੇ ਨਵੇਂ ਤਰੀਕੇ ਨਾਲ WhatsApp ਵੀਡੀਓ ਸਟੇਟਸ ਬਣਾ ਸਕਦੇ ਹੋ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਆਪਣੇ ਚੈਨਲ ਤੇ ਟੈਕ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ। ਇਸ ਤੋਂ ਇਲਾਵਾ ਮੇਰੇ ਟੈਲੀਗ੍ਰਾਮ ਚੈਨਲ ਨੂੰ ਡਿਸਕ੍ਰਿਪਸ਼ਨ ਵਿੱਚ ਜਾ ਕੇ ਜ਼ਰੂਰ ਜੁਆਇਨ ਕਰੋ, ਕਿਉਂਕਿ ਇਸ ਵੀਡੀਓ ਵਿੱਚ ਮੈਂ ਜੋ ਵੀ ਮਟੀਰੀਅਲ ਯੂਜ਼ ਕਰੂੰਗਾ ਉਸ ਨੂੰ ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕੀਤਾ ਹੋਇਆ, ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਤੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਇੱਕ ਵਧੀਆ ਜਿਹਾ ਕਮੈਂਟ ਜ਼ਰੂਰ ਕਰਿਓ। ਤੇ ਚਲੋ ਫਰੈਂਡਸ, ਕਰਦੇ ਹਾਂ ਵੀਡੀਓ ਸਟਾਰਟ। ਹਾਂਜੀ ਫਰੈਂਡਸ, ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਫੋਨ 'ਤੇ ਕਾਈਨਮਾਸਟਰ ਐਪਲੀਕੇਸ਼ਨ ਨੂੰ ਓਪਨ ਕਰ ਲੈਣਾ। ਓਪਨ ਕਰਨ ਤੋਂ ਬਾਅਦ ਤੁਸੀਂ ਪਲੱਸ ਦੇ ਸਾਈਨ 'ਤੇ ਕਲਿੱਕ ਕਰਨਾ। ਉਦੋਂ ਬਾਅਦ ਇੱਥੋਂ ਤੁਸੀਂ ਕੋਈ ਵੀ ਪ੍ਰੋਜੈਕਟ ਵਾਸਤੇ ਰੇਸ਼ੂ ਚੂਜ਼ ਕਰ ਸਕਦੇ ਹੋ, ਆਪਣੀ ਬੈਕਗਰਾਊਂਡ ਫੋਟੋ ਦੇ ਹਿਸਾਬ ਨਾਲ, ਉਸਦੇ ਸਾਈਜ਼ ਦੇ ਹਿਸਾਬ ਨਾਲ, ਠੀਕ ਆ। ਅਤੇ ਚਲੋ ਮੈਂ 4.5 ਵਾਲੀ ਜਿਹੜੀ ਰੇਸ਼ੂ ਹੈ ਇਹਨੂੰ ਚੂਜ਼ ਕਰ ਲੈਂਦਾ। ਉਸ ਤੋਂ ਬਾਅਦ ਫਰੈਂਡਸ, ਗੈਲਰੀ ਦੇ ਵਿੱਚੋਂ ਤੁਸੀਂ ਆਪਣੀ ਮਨਪਸੰਦ ਦੀ ਕੋਈ ਵੀ ਪਿੱਕ ਚੂਜ਼ ਕਰ ਲੈਣੀ ਆ, ਠੀਕ ਆ। ਅਤੇ ਪਿੱਕ ਚੂਜ਼ ਕਰਨ ਤੋਂ ਬਾਅਦ ਫਰੈਂਡਸ, ਇਹਦਾ ਸਾਈਜ਼ ਜਿਹੜਾ ਵਾ ਉਹ ਤੁਸੀਂ ਇੱਦਾਂ ਇਹਨੂੰ ਖਿੱਚ ਕੇ 30 ਸੈਕਿੰਡ ਤੱਕ ਲੈ ਜਾਣਾ। ਹਾਂਜੀ ਫਰੈਂਡਸ, ਉਦੋਂ ਬਾਅਦ ਤੁਸੀਂ ਲੇਅਰ 'ਤੇ ਕਲਿੱਕ ਕਰਨਾ, ਫਿਰ ਮੀਡੀਆ 'ਤੇ ਕਲਿੱਕ ਕਰਨਾ, ਅਤੇ ਇੱਥੋਂ ਤੁਸੀਂ ਗੈਲਰੀ ਦੇ ਵਿੱਚੋਂ ਰੈੱਡ ਸਕਰੀਨ ਲਿਰਿਕਸ ਚੂਜ਼ ਕਰ ਲੈਣੇ ਆ। ਰੈੱਡ ਸਕਰੀਨ ਲਿਰਿਕਸ ਫਰੈਂਡਸ ਤੁਸੀਂ ਯੂਟਿਊਬ ਤੋਂ ਵੀ ਡਾਊਨਲੋਡ ਕਰ ਸਕਦੇ ਹੋ, ਇਸ ਤੋਂ ਇਲਾਵਾ ਮੈਂ ਆਪਣੇ ਟੈਲੀਗ੍ਰਾਮ ਚੈਨਲ 'ਤੇ ਵੀ ਅਪਲੋਡ ਕੀਤੇ ਹੋਏ ਆ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ, ਤੁਸੀਂ ਉੱਥੇ ਜਾ ਕੇ ਇਹਨਾਂ ਨੂੰ ਮੇਰੇ ਟੈਲੀਗ੍ਰਾਮ ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਨਾਲੇ ਮੇਰੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਜ਼ਰੂਰ ਕਰੋ। ਅਤੇ ਉਸ ਤੋਂ ਬਾਅਦ ਫਰੈਂਡਸ, ਤੁਸੀਂ ਕਰੋਪ 'ਤੇ ਕਲਿੱਕ ਕਰਕੇ ਅਤੇ ਇਹਦਾ ਜੋ ਵੀ ਰੈੱਡ ਸਕਰੀਨ ਦਾ ਐਕਸਟਰਾ ਪਾਰਟ ਆ ਉਹਨੂੰ ਕਰੋਪ ਕਰ ਦੇਣਾ। ਕਰੋਪ ਕਰਨ ਤੋਂ ਬਾਅਦ ਫਰੈਂਡਸ, ਤੁਸੀਂ ਰੈੱਡ ਸਕਰੀਨ 'ਤੇ ਕਲਿੱਕ ਕਰਨਾ, ਉਸ ਤੋਂ ਬਾਅਦ ਕਰੋਮਾ ਕੀ 'ਤੇ ਕਲਿੱਕ ਕਰਨਾ ਅਤੇ ਇਸ ਨੂੰ ਇਨੇਬਲ ਕਰਕੇ ਕੀ ਕਲਰ ਜਿਹੜਾ ਵਾ ਉਹ ਰੈੱਡ ਹੀ ਰਹਿਣ ਦੇਣਾ। ਅਤੇ ਉਸ ਤੋਂ ਬਾਅਦ ਫਰੈਂਡਸ, ਇਹਨੂੰ ਇੱਥੋਂ ਤੁਸੀਂ ਅੱਗੇ ਪਿੱਛੇ ਕਰਕੇ ਥੋੜ੍ਹੀ ਜਿਹੀ ਆਪਣੇ ਹਿਸਾਬ ਦੇ ਨਾਲ ਇਹਦੀ ਜਿਹੜੀ ਸਮੂਥਨੈਸ ਆ ਉਹ ਚੰਗੀ ਤਰ੍ਹਾਂ ਜਿਹੜੀ ਆ ਉਹ ਸੈੱਟ ਕਰ ਲੈਣੀ ਆ। ਹਾਂਜੀ, ਇੱਥੇ ਬਿਲਕੁਲ ਠੀਕ ਆ। ਉਦੋਂ ਬਾਅਦ ਫਰੈਂਡਸ, ਤੁਸੀਂ ਦੁਬਾਰਾ ਤੋਂ ਇੱਥੇ ਕਲਿੱਕ ਕਰਕੇ ਨੀਚੇ ਜਾ ਕੇ ਐਡਜਸਟਮੈਂਟ 'ਤੇ ਕਲਿੱਕ ਕਰਨਾ ਅਤੇ ਬ੍ਰਾਈਟਨੈਸ ਥੋੜ੍ਹੀ ਜਿਹੀ ਵਧਾ ਦੇਣੀ ਆ ਅਤੇ ਕੰਟਰਾਸਟ ਜਿਹੜਾ ਵਾ ਉਹ ਵੀ ਥੋੜ੍ਹਾ ਜਿਹਾ ਵਧਾ ਦੇਣਾ ਅਤੇ ਇਹਨੂੰ ਓਕੇ ਕਰ ਦੇਣਾ। ਅਤੇ ਫਰੈਂਡਸ, ਆਹ ਜਿਹੜੇ ਲਿਰਿਕਸ ਨੇ ਇਹਨਾਂ ਦੀ ਵੋਲਿਊਮ ਜਿਹੜੀ ਆ ਉਹ ਮੈਂ ਬਿਲਕੁਲ 0 'ਤੇ ਰੱਖੀ ਹੋਈ ਆ, ਕਿਉਂਕਿ ਮੇਰੇ ਚੈਨਲ 'ਤੇ ਕਾਪੀਰਾਈਟ ਆ ਸਕਦਾ, ਠੀਕ ਆ। ਅਤੇ ਇਸ ਕਰਕੇ ਤੁਸੀਂ ਹੁਣ ਬਾਕੀ ਦੁਬਾਰਾ ਤੋਂ ਸਭ ਫਰੈਂਡਸ ਇੱਥੇ ਪਿੱਛੇ ਆ ਜਾਣਾ, ਉਦੋਂ ਬਾਅਦ ਫਿਰ ਲੇਅਰ 'ਤੇ ਕਲਿੱਕ ਕਰਨਾ, ਫਿਰ ਮੀਡੀਆ 'ਤੇ ਕਲਿੱਕ ਕਰਨਾ, ਅਤੇ ਉਦੋਂ ਬਾਅਦ ਤੁਸੀਂ ਫਰੈਂਡਸ ਆਹ ਵਾਲਾ ਜਿਹੜਾ ਇਫੈਕਟ ਆ ਇਹ ਸਿਲੈਕਟ ਕਰ ਲੈਣਾ। ਇਹ ਵਾਲਾ ਜਿਹੜਾ ਇਫੈਕਟ ਆ ਇਹ ਵੀ ਮੈਂ ਆਪਣੀ ਟੈਲੀਗ੍ਰਾਮ ਜਿਹੜਾ ਚੈਨਲ ਆ ਉੱਥੇ ਅਪਲੋਡ ਕੀਤਾ ਹੋਇਆ, ਤੁਸੀਂ ਮੇਰੇ ਟੈਲੀਗ੍ਰਾਮ ਚੈਨਲ 'ਤੇ ਜਾ ਕੇ ਇਹਨੂੰ ਡਾਊਨਲੋਡ ਕਰ ਸਕਦੇ ਹੋ। ਹਾਂਜੀ, ਇਹਨੂੰ ਫਰੈਂਡਸ ਚੂਜ਼ ਕਰਨ ਤੋਂ ਬਾਅਦ ਇੱਦਾਂ ਇਹਨੂੰ ਇਹਦਾ ਸਾਈਜ਼ ਪੂਰਾ ਵਧਾ ਦੇਣਾ। ਸਾਈਜ਼ ਫਰੈਂਡਸ ਪੂਰਾ ਵਧਾਉਣ ਤੋਂ ਬਾਅਦ ਤੁਸੀਂ ਕਰੋਮਾ ਕੀ 'ਤੇ ਕਲਿੱਕ ਕਰਨਾ ਅਤੇ ਕਰੋਮਾ ਕੀ ਨੂੰ ਇਨੇਬਲ ਕਰ ਦੇਣਾ ਅਤੇ ਇੱਥੋਂ ਕੀ ਕਲਰ ਜਿਹੜਾ ਵਾ ਉਹ ਬਲੈਕ ਸਿਲੈਕਟ ਕਰ ਲੈਣਾ। ਅਤੇ ਹਾਂਜੀ ਫਰੈਂਡਸ, ਹੁਣ ਇਹਨੂੰ ਆਪਾਂ ਪਲੇ ਕਰਕੇ ਵੇਖਦੇ ਹਾਂ। ਹਾਂਜੀ ਫਰੈਂਡਸ, ਬਿਲਕੁਲ ਸਹੀ ਜਿਹੜਾ ਵਾ ਉਹ ਇਫੈਕਟ ਲੱਗ ਚੁੱਕਾ ਆ। ਉਦੋਂ ਬਾਅਦ ਤੁਸੀਂ ਫਿਰ ਇਸ ਇਫੈਕਟ 'ਤੇ ਕਲਿੱਕ ਕਰਨਾ ਅਤੇ ਨੀਚੇ ਜਾ ਕੇ ਐਡਜਸਟਮੈਂਟ 'ਤੇ ਜਾ ਕੇ ਥੋੜ੍ਹੀ ਜਿਹੀ ਬ੍ਰਾਈਟਨੈਸ ਵਧਾ ਦੇਣੀ ਆ ਅਤੇ ਥੋੜ੍ਹਾ ਜਿਹਾ ਕੰਟਰਾਸਟ ਵਧਾ ਦੇਣਾ ਵਾ। ਅਤੇ ਉਦੋਂ ਬਾਅਦ ਫਰੈਂਡਸ ਫਿਰ ਅਤੇ ਇਸੇ ਤੁਸੀਂ ਇਫੈਕਟ 'ਤੇ ਕਲਿੱਕ ਕਰਨਾ ਅਤੇ ਲੈਫਟ ਸਾਈਡ 'ਤੇ ਉੱਪਰ 3 ਡੋਟ 'ਤੇ ਕਲਿੱਕ ਕਰਕੇ ਸੈਂਡ ਟੂ ਬੈਕ 'ਤੇ ਕਲਿੱਕ ਕਰ ਦੇਣਾ ਅਤੇ ਇਹਦੇ ਨਾਲ ਜਿਹੜਾ ਆਪਣਾ ਇਹ ਵਾਲਾ ਇਫੈਕਟ ਆ ਉਹ ਲਿਰਿਕਸ ਦੇ ਪਿੱਛੇ ਚਲਾ ਜਾਊਗਾ। ਉਸ ਤੋਂ ਬਾਅਦ ਫਰੈਂਡਸ ਤੁਸੀਂ ਦੁਬਾਰਾ ਤੋਂ ਲੇਅਰ 'ਤੇ ਕਲਿੱਕ ਕਰਨਾ, ਫਿਰ ਮੀਡੀਆ 'ਤੇ ਕਲਿੱਕ ਕਰਨਾ ਅਤੇ
गैलरी विचों फ्रेंड्स आपां आ वाला ऑडियो स्पेक्ट्रम जिहड़ा वा ये सिलेक्ट करांगे। ये भी मेरी टैलीग्राम आई डी ते अपलोड है, तुसीं उत्थे जाके डाउनलोड कर सकते हो। इस तों बाद फ्रेंड्स तुसीं थोड़ा जिहा अगे जा के जिथों रैड स्क्रीन स्टार्ट होगी उत्थों तुसीं इहनूं लैफ्ट तों क्रोप कर देना, ट्रिम टू लैफ्ट ऑफ प्लेहैड। हाँ जी फ्रेंड्स, उदों बाद तुसीं इहनूं इदां चुक के ते स्टार्टिंग विच लै आउणा ते इनू फ्रेंड्स इतों बाद पोजिशन सैट करनी है। इदा नीचे बॉटम पर लै आना बिल्कुल थले, तो फिर क्रोमा की क्लिक करके फ्रेंड्स क्रोमा की इनेबल कर देना, तो की कलर के ग्रीन कलर सिलेक्ट कर लेना है। हाँ जी, तो हूँ फ्रेंड्स आप प्ले करके देखते हैं। यदि फ्रेंड्स जी वॉल्यूम है ना वो ग्रीन स्क्रीन इफेक्ट वाले की अपनी जी खुद की वॉल्यूम है उन्होंने तुम बिल्कुल जीरो कर देना, ठीक है ना। इस तो अलावा जोड़ा ब्लैक इफेक्ट है वो वॉल्यूम जी वह भी बिल्कुल जीरो कर देनी है। हाँ जी फ्रेंड्स, अपने लिरिक्स से जो बैकग्राउंड इफेक्ट तो जो ऑडियो स्पेक्ट्रम इफेक्ट है वह बिल्कुल सही पोजिशन पर लग चुके हैं। उस फ्रेंड्स फिर तुम स्टार्टिंग जाके लेयर पर क्लिक करना, तो मीडिया से सॉरी मीडिया लेयर मीडिया पर क्लिक करने तो बाद फ्रेंड्स तुम गैलरी के अपना लोगो लैके आना। तो लोगो किमें बनाना फ्रेंड्स ये उपर भी मैं एक अलग तो वीडियो बनाऊँगा, इसलिए तुम मेरे चैनल में सबसक्राइब जरूर करो। हाँ जी फ्रेंड्स, लोगो लैके आने तो बाद इहदी जिहड़ी लेंथ आ उह तुसीं 30 सैकेंड तक लैके जानी आ। उस तो बाद फ्रेंड्स तुसीं दोबारा तो लोगो नूं सिलेक्ट करना, तो इहदे विच फ्रेंड्स आपां हुण थोड़े जे मूविंग इफेक्ट जिहड़ा उह इहदे विच आपां ऐड करांगे। हाँ जी फ्रेंड्स, अपना मूविंग इफेक्ट बिल्कुल सही लग चुका वा। हुण आपां दोबारा तो लेयर ते जावांगे, दैन मीडिया, तो इत्थों आपां एक होर लोगो सिलेक्ट करांगे। हाँ जी फ्रेंड्स, आ सिद्धू मूसेवाला लोगो किवें क्रिएट करना इहदे उपर मैं एक अलग तो वीडियो बना के अपलोड की हुई है, लिंक मैं डिस्क्रिप्शन में दे दूँगा, तुसीं जाके चैक कर सकते हो। तो हाँ जी, इहनूं तुसीं अपने हिसाब दे नाल जिथे भी तुहानूं सैट लगता तुसीं उत्थे कदी पोजिशन सैट कर लैनी आ। हाँ जी, इतने बिल्कुल ठीक है। इनू फ्रेंड्स इनू तुसी खिच के तुसी इनू इहदी भी लेंथ जिहड़ी 30 सैकेंड तक लै जानी है। उस तों बाद तुसी ओवरऑल एनीमेशन ते क्लिक करके इनू पल्स इफेक्ट दे देना। तो हाँ जी, हुण आपां प्ले करके देखते हैं। हाँ, तो जिदा तुसी देख सकते हो फ्रेंड्स अपनी वट्सअप वीडियो स्टेटस बिल्कुल ही वधिया तरीके नाल बन के तैयार हो चुकी है। तो जेकर तुसी इसनू ऑडियो दे नाल सुनना चाहते हो तो मैं अपना लिंक इंस्टाग्राम का लिंक डिस्क्रिप्शन में दिता हुआ, तुसी उत्थे जाके सुन सकते हो। तो जां टैलीग्राम अपने चैनल पर मैं इसनों अपलोड कर दूंगा, तुम उतों जाके भी डाउनलोड कर सकते हो। तो चलो फ्रेंड्स, अज्ज की वीडियो में इन्ना ही, मिलते हैं किसी और वीडियो में। अज्ज की वीडियो वधिया लगी तो लाइक करो, शेयर करो, तो एक वधिया जिहा कमेंट जरूर करो।